ਉੱਥੇ ਕੋਸ਼ਿਸ਼ ਕਰਨੀ ਜੋ ਮਹਾਂਪੁਰਖਾਂ ਦਾ ਉਪਦੇਸ਼ ਕੇ ਬੱਚਿਆਂ ਨੂੰ ਲੈ ਕੇ ਆਈਏ ਆਪਾਂ ਸਾਰੇ। ਹੁਣ ਤੋਂ ਹੀ ਬੱਚੇ ਸਿਮਰਨ ਅਭਿਆਸ ਨਾਲ ਜੁੜਨਗੇ, ਗੁਰਬਾਣੀ ਨਾਲ ਜੁੜਨਗੇ, ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਪ੍ਰੈਕਟੀਕਲ ਕਰਨਗੇ ਤੇ ਉਹਨਾਂ ਨੂੰ ਜਿਹੜਾ ਜਿਸ ਮਾਰਗ ਤੇ ਚੱਲਦੇ ਆ ਸਾਨੂੰ ਕਈ ਸਮਾਂ ਲੱਗ ਜਾਂਦਾ ਕਿਉਂਕਿ ਸਿਆਣੀ ਉਮਰ ਤੇ ਜਿਹਨੂੰ ਹੋ ਜਾਂਦੀ ਵਿਚਾਰ ਜ਼ਿਆਦਾ ਵੱਧ ਜਾਂਦੇ ਉਹਨਾਂ ਨੂੰ ਕੰਟਰੋਲ ਵੀ ਕਰਨਾ। ਦੂਜਾ ਜਦੋਂ ਆਪਾਂ ਖਿਡਾਰੀ ਬਣ ਜਾਂਦੇ ਹਾਂ ਅਸੀਂ ਖੇਡਣਾ ਸ਼ੁਰੂ ਕਰ ਦਿੰਦੇ ਹਾਂ, ਚੰਗਾ ਖੇਡਣ ਲੱਗ ਜਾਂਦੇ ਹਾਂ ਤੇ ਉਦੋਂ ਫਿਰ ਕਾਲ ਨੇ ਵੀ ਜ਼ੋਰ ਲਾਉਣਾ ਹੁੰਦਾ ਵੀ ਇਹ ਖਿਡਾਰੀ ਨੂੰ ਕਿਵੇਂ ਰੋਕਿਆ ਜਾਵੇ, ਕਿਉਂਕਿ ਜਿਹੜਾ ਖੇਡਦਾ ਹੀ ਨਹੀਂ, ਜਿਹੜਾ ਕੋਈ ਤਰੀਕਾ ਸਿੱਖਦਾ ਹੀ ਨਹੀਂ, ਵਿਧੀ ਸਿੱਖਦਾ ਹੀ ਨਹੀਂ, ਉਹ ਤਾਂ ਉਹਨੂੰ ਪਤਾ ਵੀ ਇਹਦੇ ਤੋਂ ਤਾਂ ਮੈਂ ਜਿੱਤਿਆ ਹੀ ਜਿੱਤਿਆ। ਉਹਨੇ ਜ਼ੋਰ ਵੀ ਉਹਦੇ ਤੇ ਜ਼ਿਆਦਾ ਲਾਉਣਾ ਜਿਹਨੇ ਨਿਕਲਣ ਦੀ ਕੋਸ਼ਿਸ਼ ਕਰਨੀ ਹੈ, ਜਿਹਨੇ ਜਿੱਤਣ ਦੀ ਕੋਸ਼ਿਸ਼ ਕਰਨੀ। ਇਸ ਕਰਕੇ ਆਪਾਂ ਭਰਮ ਵਿੱਚ ਨਹੀਂ ਚਲ ਜਾਣਾ ਕਿਉਂਕਿ ਸਾਡਾ ਮਨ ਕਈ ਵਾਰ ਭਰਮ ਵਿੱਚ ਚਲਾ ਜਾਂਦਾ। ਜਦੋਂ ਅਸੀਂ ਇਸ ਮਾਰਗ ਤੇ ਚੱਲਦੇ ਹਾਂ ਨਾ ਸਾਨੂੰ ਗਿਆਨ ਆਉਂਦਾ ਹੈ ਕਿ ਅਸੀਂ ਇਹ ਖੇਲ ਨੂੰ ਜਿੱਤਣਾ, ਇਹ ਜਨਮ ਵਿੱਚ ਰਹਿੰਦਿਆਂ ਹੋਏ ਹਾਂ ਅਸੀਂ ਮਾਲਕ ਨਿਰੰਕਾਰ ਨਾਲ ਮਿਲਾਪ ਕਰਨਾ ਤੇ ਸਾਨੂੰ ਕੋਚ ਸਾਡੇ ਜੁਗਤੀਆਂ ਦੱਸ ਰਹੇ, ਤਰੀਕਾ ਦੱਸ ਰਹੇ ਵੀ ਕਿਵੇਂ ਤੁਸੀਂ ਨਿਕਲ ਸਕਦੇ ਹੋ। ਜਦੋਂ ਅਸੀਂ ਗੁਰੂ ਦੀ ਮਤ ਲੈ ਕੇ ਫਿਰ ਖੇਡਣਾ ਸ਼ੁਰੂ ਕਰਦੇ, ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਵੀ ਫਿਰ ਪੂਰਾ ਸਕੰਜਾ ਆਪਣਾ ਕੱਸਦਾ, ਪੂਰੀ ਜੁਗਤੀ ਲੜਾਉਂਦਾ, ਤਰੀਕਾ ਲੜਾਉਂਦਾ ਹੈ ਕਿਵੇਂ ਇਹਨੂੰ ਹੁਣ ਘੇਰਿਆ ਜਾਵੇ। ਉਹਦੇ ਵਾਸਤੇ ਜੇ ਕਿਤੇ ਇਹ ਸਿਮਰਨ ਕਰਦੇ ਆ, ਅਭਿਆਸ ਕਰਦੇ ਆ, ਇਹ ਕਾਲ ਦਾ ਦੇਸ਼ ਹੈ, ਕਾਲ ਨੇ ਥੋੜਾ ਘੇਰਾ ਟਾਈਟ ਕਰ ਲਿਆ, ਥੋੜੀ ਜੀ ਮਾਇਆ ਦੀ ਕਮੀ ਹੋ ਗਈ, ਘਬਰਾ ਨਹੀਂ ਜਾਣਾ ਆਪਾਂ, ਕਿਉਂਕਿ ਕਈ ਵਾਰ ਸਾਨੂੰ ਕਹਿੰਦੇ ਆ ਵੀ ਸਿਮਰਨ ਕਰਦੇ ਆ ਉਹਦਾ ਬਿਜ਼ਨਸ ਸਾਡਾ ਜਿਹੜਾ ਢਿੱਲਾ ਹੋ ਗਿਆ, ਕਰਦੇ ਆ ਸਾਨੂੰ ਬਿਜ਼ਨਸ ਘਾਟਾ ਜਿਹਾ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਆਏ ਅਸੀਂ ਕਾਲ ਦੇ ਦੇਸ਼ ਵਿੱਚ, ਇਹ ਕਾਲ ਦੀਆਂ ਖੇਡਾਂ ਨੇ, ਇਹਨੇ ਸਾਨੂੰ ਫਿਰ ਘੇਰਨ ਵਾਸਤੇ ਇਹ ਕੱਸਣਾ ਆ ਥੋੜਾ ਸਕੰਜਾ, ਤੇ ਜੇ ਤਾਂ ਅਸੀਂ ਨਿਕਲਣਾ ਚਾਹੁੰਦੇ ਹਾਂ ਫਿਰ ਤਾਂ ਸਾਨੂੰ ਜੋ ਸਤਿਗੁਰ ਨੇ ਗਿਆਨ ਦਿੱਤਾ ਵੀ ਕਾਲ ਦੀ ਖੇਡ ਆ, ਮਾਲਕ ਨਿਰੰਕਾਰ ਦੇ ਨਾਲ ਸਾਡਾ ਪਿਆਰ ਨਾ ਟੁੱਟੇ, ਭਾਵੇਂ ਉਹਨਾਂ ਨੇ ਆਪਾਂ ਨੂੰ ਗੁਰਬਾਣੀ ਹੀ ਗਿਆਨ ਦਿੱਤਾ, ਇਹ ਸਾਰੀ ਉਹਦੀ ਖੇਡ ਜਿਹੜੀ ਹੈ, ਜੇ ਆਪਾਂ ਨੂੰ ਗਿਆਨ ਦੇ ਦਿੱਤਾ ਵੀ ਇਸ ਪਾਸੇ ਚੱਲਾਂਗੇ, ਕਿਉਂਕਿ ਕਾਲ ਦੀ ਵੀ ਡਿਊਟੀ ਲਾਈ, ਉਹਨੇ ਵੀ ਸ਼ਾਬਸ਼ ਲੈਣੀ, ਉਹਨੂੰ ਵੀ ਮਾਲਕ ਨਿਰੰਕਾਰ ਦਾ ਹੁਕਮ ਹੈ, ਕੌਤ ਕਾਲ ਇਹ ਹੁਕਮ ਪਠਾਇਆ ਵੀ ਬੱਚਾ ਆਇਆ ਇਹਦਾ ਖਿਆਲ ਰੱਖਣਾ, ਇਹਨੂੰ ਖਿਡਾਉਣਾ ਆ ਤੇ ਉਹਨੇ ਪੂਰਾ ਜ਼ੋਰ ਲਾਉਣਾ ਆਪਣੀ ਵਿਧੀ ਅਨੁਸਾਰ ਸਾਨੂੰ ਖਿਡਾਉਣ ਵਾਸਤੇ ਕਿ ਅਸੀਂ ਖੇਲ ਨੂੰ ਨਾ ਜਿੱਤੀਏ, ਮਾਲਕ ਨਿਰੰਕਾਰ ਦੇ ਨਾਲ ਸਾਡਾ ਮਿਲਾਪ ਨਾ ਹੋ ਜਾਵੇ। ਇਹ ਮਾਇਆ ਦਾ ਖੇਲ, ਸਾਰਾ ਪਰਿਵਾਰ ਵੀ ਇੱਕ ਪਾਸੇ ਨਹੀਂ ਚੱਲਦਾ, ਇਹਨਾਂ ਕੋਸ਼ਿਸ਼ ਕਰਨੀ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਖਰੀਦਣ ਦੀ ਵੀ ਜੇ ਅਸੀਂ ਸਿਮਰਨ ਅਭਿਆਸ ਕਰਨ ਤੇ ਜਾਣਾ ਤੇ ਪਰਿਵਾਰ ਨੇ ਕਹਿਣਾ ਰੋਜ਼ ਹੀ ਸੰਗਤ ਤੇ ਤੁਰੇ ਰਹਿੰਦੇ ਹੋ, ਘਰ ਦੇ ਕੰਮ ਕਿੰਨੇ ਕਰਨੇ, ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ, ਕਰਮ ਕਿੰਨੇ ਕਰਨਾ ਆ, ਇਹਨੇ ਸਾਡੇ ਕਲੇਸ਼ ਵੀ ਪਾਉਣਾ ਤੇ ਜਿਹੜਾ ਮਨ ਜਿਹੜਾ ਡੋਲਦਾ ਆ, ਜਿਹੜੇ ਮਨ ਵਿੱਚ ਪੂਰਨ ਪਿਆਰ ਨਹੀਂ ਉਹ ਫਿਰ ਡੋਲ ਜਾਂਦਾ ਵੀ ਘਰ ਦੇ ਵਿੱਚ ਕਲੇਸ਼ ਪੈ ਗਿਆ ਜਦੋਂ ਦਾ ਸਿਮਰਨ ਕਰਨ ਲੱਗੇ ਆ। ਇਹ ਤਨ ਵੀ ਉਹਦਾ ਕਾਲ ਦਾ ਆ, ਉਹਨੇ ਕੋਸ਼ਿਸ਼ ਕਰਨੀ ਖੇਲ ਜਿੱਤਣਾ ਜਾਵੇ, ਮਾੜਾ ਮੋਟਾ ਇਹਦਾ ਸੰਤੁਲਨ ਵਿਗਾੜ ਦਿੱਤਾ, ਸਾਡਾ ਮਨ ਡੋਲ ਜਾਂਦਾ। ਇਹ ਖੇਲ ਹੈ ਮਨ ਦੀ, ਪਾਤਸ਼ਾਹ ਕਹਿੰਦੇ ਇਹ ਜਿਉਂਦੇ ਜੀ ਜੇ ਤੁਸੀਂ ਨਹੀਂ ਡੋਲੋਗੇ ਫਿਰ ਕਾਲ ਤੁਹਾਡਾ ਜਿਹੜਾ ਸੇਵਕ ਬਣ ਕੇ ਚੱਲੇਗਾ। ਜਦੋਂ ਤੁਸੀਂ ਇਹ ਤ੍ਰੈਗੁਣਾਂ ਤੋਂ ਉੱਪਰ ਉੱਠ ਜਾਓਗੇ, ਆਪਣੇ ਘਰ ਦੇ ਵਿੱਚ ਵਸਣਾ ਸ਼ੁਰੂ ਕਰ ਦਿਓਗੇ, ਤੁਹਾਨੂੰ ਗਿਆਨ ਆ ਗਿਆ ਵੀ ਇਹ ਤਾਂ ਕਾਲ ਦੀ ਖੇਡ, ਇਹ ਰੁਕਾਵਟ ਪਾਉਂਦਾ ਕਾਲ ਸਾਡੇ ਵਿੱਚ, ਇਹ ਸਾਨੂੰ ਹਰਾਉਣਾ ਚਾਹੁੰਦਾ, ਇਹ ਆਪ ਸ਼ਾਬਾਸ਼ ਲੈਣੀ ਚਾਹੁੰਦਾ, ਲੇਕਿਨ ਅਸੀਂ ਸ਼ਾਬਾਸ਼ ਲੈਣੀ ਆ, ਅਸੀਂ ਜੁੜਨਾ ਨਾਮ ਦੇ ਨਾਲ, ਜਦੋਂ ਅਸੀਂ ਨਾਮ ਨਾਲ ਜੁੜ ਜਾਂਦੇ ਹਾਂ ਫਿਰ ਸਾਨੂੰ ਸ਼ਾਬਾਸ਼ ਮਿਲਦੀ। ਤਾਂ ਹੀ ਪਾਤਸ਼ਾਹ ਕਹਿੰਦੇ ਆ ਜਿੰਨਾ ਚਿਰ ਨਾਮ ਨਾਲ ਨਹੀਂ ਜੁੜਦਾ ਉਨ ਚਿਰ ਤੁਹਾਨੂੰ ਸ਼ਾਬਾਸ਼ ਨਹੀਂ ਮਿਲਦੀ, ਕਾਲ ਲੈ ਜਾਂਦਾ। ਤਾਂ ਹੀ ਮਹਾਰਾਜ ਗੁਰਬਾਣੀ ਰਾਹੀਂ ਆਪਾਂ ਨੂੰ ਗਿਆਨ ਦਿੱਤਾ, ਕਹਿੰਦੇ ਬਿਨ ਨਾਮ ਹੈ ਨਾ ਹੀ ਸ਼ਾਬਾਸ਼, ਕਹਿੰਦੇ ਨਾਮ ਤੋਂ ਬਿਨਾਂ ਸ਼ਾਬਾਸ਼ ਨਹੀਂ ਮਿਲਦੀ ਤੁਹਾਨੂੰ। ਜੇ ਤੁਸੀਂ ਸ਼ਾਬਾਸ਼ ਲੈਣੀ ਨਾਮ ਨਾਲ ਜੁੜ ਜਾਓ ਫਿਰ ਕਾਲ ਤੁਹਾਨੂੰ ਨਹੀਂ ਸਤਾਏਗਾ। ਤਾਂ ਹੀ ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ ਉਹਨਾਂ ਚਿਰ ਕਾਲ ਸਤਾਉਂਦਾ ਜਿੰਨਾ ਚਿਰ ਅਸੀਂ ਅਭੇਦ ਨਹੀਂ ਹੋ ਜਾਂਦੇ ਸ਼ਬਦ ਦੇ ਨਾਲ। ਤਾਂ ਹੀ ਮਹਾਰਾਜ ਕਹਿੰਦੇ ਜਬ ਲਗ ਸ਼ਬਦ ਨਾ ਭੇਦੀ ਹੈ ਤਬ ਲਗ ਕਾਲ ਸੰਤਾਏ, ਉਹਨਾਂ ਚਿਰ ਸਤਾਉਂਦਾ ਹੈ ਸਾਨੂੰ, ਉਹਨਾਂ ਚਿਰ ਖਿੱਚਦਾ ਹੈ ਸਾਨੂੰ। ਤਾਂ ਹੀ ਪਾਤਸ਼ਾਹ ਕਹਿੰਦੇ ਜਿਹੜੇ ਤਾਂ ਗੁਰਮੁਖ ਗੁਰੂ ਦੀ ਮਤ ਅਨੁਸਾਰ ਚੱਲਦੇ ਨੇ, ਨਾਲ ਨਾਲ ਕੋਚ ਦੇ ਇਸ਼ਾਰਿਆਂ ਨੂੰ ਸਮਝੀ ਜਾਂਦੇ ਨੇ, ਨਾਲ ਨਾਲ ਕੋਚ ਤੋਂ ਗਿਆਨ ਲਈ ਜਾਂਦੇ ਨੇ, ਉਹ ਖੇਲ ਨੂੰ ਜਿੱਤ ਜਾਂਦੇ ਨੇ। ਤੇ ਆਪਾਂ ਵਾਰ ਵਾਰ ਗਿਆਨ ਲੈਣਾ, ਇਹ ਗੁਰਬਾਣੀ ਨੂੰ ਪੜ੍ਹਨਾ, ਪੜ੍ਹ ਕੇ ਇਸ ਨੂੰ ਵਿਚਾਰਨਾ ਤੇ ਵਿਚਾਰ ਕੇ ਫਿਰ ਖੇਲ ਖੇਲਣਾ ਆਪਾਂ ਸਾਰੇ, ਤੇ ਖੇਲ ਨੂੰ ਜਿੱਤਣਾ ਆ, ਤੇ ਰੋਜ਼ ਦਾ ਰੋਜ਼ ਸਾਡਾ ਖੇਲ ਆ ਜਿਹੜਾ ਮਹਾਂਪੁਰਖਾਂ ਨੇ ਆਪਾਂ ਨੂੰ ਗੁਰਬਾਣੀ ਰਾਹੀਂ ਗਿਆਨ ਦਿੱਤਾ।
ਕਹਿੰਦੇ ਰੋਜ਼ ਦਾ ਰੋਜ਼ ਤੁਹਾਡਾ ਖੇਲ ਆ, ਰੋਜ਼ ਦਾ ਰੋਜ਼ ਤੁਸੀਂ ਤੁਹਾਨੂੰ ਘੇਰੇਗਾ, ਰੋਜ਼ ਦਾ ਰੋਜ਼ ਜੇ ਤੁਸੀਂ ਜਿੱਤ ਕੇ ਜਾਓਗੇ ਫਿਰ ਤੁਸੀਂ ਪ੍ਰਵਾਨ ਜੇ, ਫਿਰ ਤੁਸੀਂ ਗੁਰਮੁਖ ਜੇ। ਤਾਂ ਹੀ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ ਧਨ ਧਨ ਤੇ ਗੁਰਮੁਖ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ ਪਾਤਸ਼ਾਹ। ਕਹਿੰਦੇ ਜਿਹੜੇ ਕਦੀ ਹਾਰ ਕੇ ਨਹੀਂ ਆਉਂਦੇ ਉਹ ਪ੍ਰਵਾਨ ਨੇ। ਇਹ ਹੁਣ ਆਪਾਂ ਸਾਰਿਆਂ ਨੇ ਇਹ ਗਿਆਨ ਲੈ ਕੇ ਇਹਨੂੰ ਮਨ ਦੇ ਵਿੱਚ ਵਸਾਉਣਾ ਕਿ ਰੋਜ਼ ਦਾ ਰੋਜ਼ ਜਦੋਂ ਆਪਾਂ ਆਏ ਨਾ ਸੁਭਾ ਸੰਸਾਰ ਦੇ ਵਿੱਚ, ਇਹਨੇ ਆਪਣੇ ਦੂਤਾਂ ਦੇ ਰਾਹੀਂ ਆਪਾਂ ਨੂੰ ਘੇਰਨਾ। ਜਿਹੜਾ ਗੁਰਬਾਣੀ ਨੇ ਗਿਆਨ ਦੇ ਰਹੇ, ਪੰਜ ਪਹਿਰੋ ਆਦਰਮੇ ਰਹੇ ਤੇ ਤਿੰਨ ਕਾ ਨਹੀਂ ਪਤਿਆਰਾ, ਚੇਤ ਸੁਚੇਤ ਚੇਤ ਹੋ ਰਹੋ ਤਾਂ ਲੈ ਪ੍ਰਗਾਸ਼ ਉਜਾਰਿਆ। ਪਾਤਸ਼ਾਹ ਕਹਿੰਦੇ ਜਦੋਂ ਚੇਤਨਾ ਜਾਂ ਸੁਚੇਤ ਹੋ ਕੇ, ਇਹ ਨਾ ਹੋਵੇ ਇਕੱਲਾ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਤੇ ਮਨ ਤੁਹਾਡਾ ਵਿਚਾਰਾਂ ਫੁਰਨਿਆਂ ਵਿੱਚ ਲਈ ਜਾਣ। ਇਹਨਾਂ ਸਾਨੂੰ ਵਿਚਾਰਾਂ ਵਿੱਚ ਲਿਜਾਣ ਤੇ ਮਾਰੇ ਕਹਿੰਦੇ ਆ ਜਦੋਂ ਤੁਸੀਂ ਬਾਹਰ ਆਏ ਦਰ ਤੇ ਖੜੇ ਨੇ ਪਹਿਰੇ ਤੇ ਨੇ ਤੇ ਤੁਸੀਂ ਇਹ ਤੁਸੀਂ ਸੁਚੇਤ ਹੋ ਕੇ ਸ਼ਬਦ ਦਾ ਅਭਿਆਸ ਕਰਦੇ ਰਹਿਣਾ ਤਾਂ ਕਿ ਤੁਹਾਡੇ ਮਨ ਇਹ ਵਿਚਾਰਾਂ ਵਿੱਚ ਨਾ ਲੈ ਜਾਣ, ਤੁਹਾਨੂੰ ਹਰਾ ਨਾ ਦੇਣ। ਤਾਂ ਹੀ ਪਾਤਸ਼ਾਹ ਕਹਿੰਦੇ ਆ ਪੰਚ ਪਹਿਰੋ ਆਦਰਮੇ ਰਹਿਤੇ ਤਿੰਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ ਤੇ ਲਓ ਪ੍ਰਗਾਸ਼ ਉਜਾਰਿਆ। ਪਾਤਸ਼ਾਹ ਕਹਿੰਦੇ ਇਸ ਤਰੀਕੇ ਦੇ ਨਾਲ ਇਹ ਸ਼ਬਦ ਦਾ ਪ੍ਰਕਾਸ਼ ਲੈ ਕੇ ਚੱਲੋ, ਇਹ ਖੇਲ ਨੂੰ ਜਿੱਤੋ ਤੇ ਹਾਰੋ ਨਾ। ਤੇ ਜਿਨ੍ਹਾਂ ਨੇ ਜਿੱਤਿਆ ਆਪਾਂ ਨੂੰ ਗੁਰਬਾਣੀ ਨੇ ਸਮਝਾ ਦਿੱਤਾ, ਕਹਿੰਦੇ ਗੁਰ ਕਾ ਸ਼ਬਦ ਮਨ ਜਿੱਤਿਆ, ਗੁਰੂ ਦੇ ਸ਼ਬਦ ਦੁਆਰਾ ਜਿੱਤਦਾ, ਗੁਰੂ ਦੇ ਸ਼ਬਦ ਦੁਆਰਾ ਇਹ ਮੁਕਤ ਹੁੰਦਾ ਘਰ ਦੇ ਵਿੱਚ ਜਾ ਕੇ। ਤਾਂ ਹੀ ਮਾਰੇ ਕਹਿੰਦੇ ਗਤ ਮੁਕਤ ਘਰੇ ਮਹਿ ਪਾਏ, ਤੇ ਆਪਾਂ ਸਾਰੇ ਮਨ ਨੂੰ ਘਰ ਵਿੱਚ ਬਿਠਾ ਕੇ ਰੱਖਣਾ, ਇਹ ਸ਼ਬਦਾਂ ਰੱਖਿਆ ਚੱਕਰ ਬਣਾ ਕੇ ਰੱਖਣਾ ਤਾਂ ਕਿ ਅਸੀਂ ਹਾਰ ਨਾ ਜਾਈਏ, ਸਾਨੂੰ ਇਹ ਮਨਮੁਖ ਨਾ ਬਣਾ ਦੇਣ, ਅਸੀਂ ਰੋਜ਼ ਦਾ ਰੋਜ਼ ਖੇਲ ਜਿੱਤ ਕੇ ਆਪਣੇ ਘਰ ਨੂੰ ਜਾਈਏ, ਆਨੰਦ ਲਈਏ, ਸ਼ਾਬਾਸ਼ ਲਈਏ। ਜਿਹੜਾ ਵੀ ਜਿੱਤ ਕੇ ਜਾਂਦਾ, ਜਿਹੜਾ ਵੀ ਸ਼ਰਨ ਵਿੱਚ ਚਲਾ ਜਾਂਦਾ, ਮਾਲਕ ਉਸ ਨੂੰ ਗੱਲ ਨਾ ਲਾਉਂਦਾ, ਵਡਿਆਈ ਦਿੰਦਾ, ਸ਼ਾਬਾਸ਼ ਦਿੰਦਾ। ਤਾਂ ਹੀ ਮਾਰੇ ਕਹਿੰਦੇ ਜੋ ਜਨ ਹਰ ਪ੍ਰਭ ਹਰ ਹਰ ਸਰਨਾ ਤੇ ਹਰ ਹਰ ਦਰ ਗਏ ਦੇ ਵਡਿਆਈ ਧਨ ਧਨ ਸ਼ਾਬਾਸ਼ ਕਹੇ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗੱਲ ਲਾਈ। ਇਹ ਗਿਆਨ ਸਤਿਗੁਰ ਦੀ ਬਾਣੀ ਦਾ, ਇਹ ਗਿਆਨ ਮਹਾਂਪੁਰਖਾਂ ਨੇ ਜੋ ਆਪਾਂ ਨੂੰ ਸਮਝਾਇਆ ਇਹਨੂੰ ਆਪਾਂ ਹੁਣ ਪ੍ਰੈਕਟੀਕਲ ਕਰ ਰਹੇ ਹਾਂ ਤੇ ਕਰਨਾ ਹੈ। 1 ਜੂਨ ਤੋਂ ਲੈ ਕੇ 10 ਜੂਨ ਤੱਕ ਆਪਾਂ ਸਾਰਿਆਂ ਦ੍ਰਿੜ ਕਰਨਾ ਸੁਗੁਰਮੁਖੋ ਇੰਨੇ ਵਿਚਾਰ ਕਰਦਿਆਂ ਹੋਏ ਆ। ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਸੰਗਤ ਗੁਰੂ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।